ਲਓ ਜੀ ਭੈਣੋ ਤੇ ਭਰਾਓ ਇਧਰ ਤਰ੍ਹਾਂ ਝਾਤੀ ਪਾਓ ਤੁਹਾਡਾ ਖidmat ਗਜ਼ਾਰ ਰਾਣਾ ਇਜਾਜ਼ ਬਕਲਮ ਖੁਦ ਤੁਹਾਡੇ ਕੋਲ ਜਨਾਬ ਹਾਜ਼ਰ ਹੋਇਆ ਇੱਕ ਨਾਰਾ ਲਵਾਓ ਜੀ ਆਵੇਗਾ ਵੀ ਆਵੇਗਾ ਰਾਜਾ ਲੋਵੇਗਾ ਆਵੇਗਾ ਵੀ ਆਵੇਗਾ ਰਾਜਾ ਜਰ ਆਵੇਗਾ ਇੱਡਾ ਵੱਡਾ ਮੇਰਾ ਜਲਸਾ ਆ ਕਿ ਸਿਰਫ ਦੋ ਬੰਦੇ ਨਾਰਾ ਮਾਰ ਰਹਾ ਤਾਂ ਉਹ ਵੀ ਮੇਰੇ ਨਾਲ ਘਰੋਂ ਆਏ ਆ ਅਗਲੇ ਪਾਸੇ ਕੋਈ ਬੰਦਾ ਨਹੀਂ ਹੈਗਾ ਮੇਰੇ ਜਲਸੇ ਚ ਅੱਜ ਵੇਸਕੋਟ ਜੀ ਪਾਕ ਨਾ ਸਿਆਸਤਦਾਨ ਤਬੀਅਤ ਥੋੜੀ ਲੌਜੀਕ ਗੱਲ ਇਹ ਐ ਜੇ ਜਿਹੜੀਆਂ ਤੁਹਾਡੀਆਂ ਨਾਲੀਆਂ ਪਿਛਲੇ 40 ਸਾਲਾਂ ਜਨੇ ਬਣੀਆਂ ਹਾਂਜੀ ਕੌਣ ਬਣਾਏਗਾ ਤੂੰ ਤੂੰ ਨਹੀਂ ਤੁਸੀਂ ਹੁੰਦਾ ਤੁਸੀਂ ਤੁਸੀਂ ਬਣਾਓਗੇ ਤੁਸੀਂ ਬਣਾਓਗੇ ਤੁਹਾਡੀਆਂ ਸੜਕਾਂ ਕੌਣ ਬਣਾਏਗਾ ਤੁਸੀਂ ਬਣਾਓਗੇ ਤੁਸੀਂ ਬਣਾਓਗੇ ਤੁਹਾਨੂੰ ਉੱਲੂ ਕੌਣ ਬਣਾਏਗਾ ਤੁਸੀਂ ਬਣਾਓਗੇ ਐ ਭਾਈ ਜਾਨੇ ਹਾਂਜੀ ਜਨ ਸੱਜੇ ਤੇ ਦੋ ਬੰਦੇ ਆ ਹਾਂਜੀ ਨਾਲੀਆਂ ਵੀ ਦੋ ਹੀ ਆ ਆਪ ਹੀ ਕੱਢ ਦਿਓ ਬਸ ਇੱਕ ਵਾਰੀ ਤੁਸੀਂ ਮੈਨੂੰ ਜਿਤਾਓ ਉਸ ਤੋਂ ਬਾਅਦ ਮੈਂ ਤੁਹਾਨੂੰ ਨਜ਼ਰ ਨਹੀਂ ਜੇ ਆਉਣਾ ਕਿਤੇ ਵੀ ਚੰਦ ਸੂਰਜ ਇੱਕ ਪਾਸੇ ਰਾਣਾ ਜਾਸ ਰਾਣਾ ਜਾਸ ਚੰਦ ਸੂਰਜ ਇੱਕ ਪਾਸੇ ਤੇਰਾ ਨਾਂ ਰਹੇਗਾ ਉਦੋਂ ਤੱਕ ਨੋਟਾਂ ਦੀ ਪਹਾੜਾਂ ਦੇ ਵਿੱਚ ਸੱਜਣਾ ਰਾਣਾ ਜਾਸ ਰਾਣਾ ਜਾਸ ਯਾਰ ਕਿ ਕਿ ਅਤਾਈ ਲੋਕਾਂ ਕਮਸ ਕਮ ਨਾਰਾ ਹੀ ਵਜ਼ਨ ਚ ਕਰ ਲਓ ਯਾਰ ਕੋਈ ਰਦੀਬ ਕਾਫੀਆ ਹੁੰਦਾ ਨਾਰੇ ਦਾ ਭਾਈ ਤਿੰਨ ਕਿੱਲਾ ਸੂਰਜ ਇੱਕ ਪਾਸੇ ਰਾਣਾ ਜਾਸ ਰਾਣਾ ਜਾਸ ਵਜ਼ਨ ਚ ਹੋ ਗਿਆ ਲੋ ਜੀ ਗੱਲ ਐ ਸਾਰੇ ਭੈਣਾ ਭਰਾ ਜਿਹੜਿਆ ਕੰਨ ਖੋਲ ਕੇ ਗੱਲ ਸੁਣ ਲੈਣ ਭਾਈ ਅੱਗੇ ਅਸੀਂ ਕਦੋਂ ਜੇਬਾ ਖੋਲ ਕੇ ਸੁਣਨਾ ਹੈ ਆ ਜਿਹੜਾ ਆ ਜਿਹੜਾ ਨਿਸ਼ਾਨ ਆ ਇੱਥੇ ਸਾਰਿਆਂ ਨੇ ਇਹ ਲਾਉਣੇ ਠੱਪੇ ਅੱਛਾ ਅਸੀਂ ਸਮਝਿਆ ਖਰੇ ਇਹ ਨਿਸ਼ਾਨ ਹੈ ਭਾਈ ਹਾਂਜੀ ਅਸੀਂ ਸਮਝਿਆ ਹਰੇ ਕਾਰਤੂਸ ਦਾ ਫਾਇਰ ਵੱਜਾ ਹੈ ਲੋ ਜੀ ਕਾਲ ਮਲੌਣ ਜਾ ਰਹੇ ਆ ਸਾਰੇ ਭੈਣਾ ਭਰਾਵਾਂ ਨੂੰ ਉਤਲਾਹ ਦਿੱਤੀ ਜਾਂਦੀ ਹੈ ਕਿ ਕਾਲ ਧਿਆਨ ਨਾ ਸੁਣਨੀ ਹੈ ਜੀ ਤੂੰ ਸੋਵੇਂ ਮਿੱਠੀ ਨੀ ਦੇਵੇਂ ਮੈਂ ਜਾਗਦੀ ਰਾਂ ਰਾਣਾ ਜਾਗ ਲਾਣਾ ਲਾ ਜਾ ਮਲਾ ਜੀ ਕਾਲ ਜੀ ਹਲੋ ਸਤਿ ਸ੍ਰੀ ਅਕਾਲ ਪਾਜੀ ਵਾਲੇਕੁਮ ਸਲਾਮ ਜੀ ਪਾਜੀ ਰਾਣਾ ਇਆਜ਼ ਗੱਲ ਕਰਦਾ ਤੇ ਆਪਲਾ ਮੋਬਾਈਲਾਂ ਵਾਲੀ ਦੁਕਾਨ ਤੋਂ ਗੱਲ ਕਰਦੇ ਨਾ ਹਾਂਜੀ ਪਾਜੀ ਮੋਬਾਈਲਾਂ ਦੇ ਜਬਾਰ ਮੋਬਾਈਲਾਂ ਵਾਲੀ ਦੁਕਾਨ ਤੋਂ ਬੋਲ ਕੀ ਹਾਲ ਆ ਭਾਈ ਜਬਾਰ ਅੱਲਾ ਦਾ ਕਰਮ ਆ ਪਾਜੀ ਕੰਮ ਠੀਕ ਆ ਹਾਂਜੀ ਬੈਠੇ ਆ ਜੀ ਦੁਕਾਨ ਤੇ ਭਰਾ ਦੇ ਮੋਬਾਈਲ ਵਿਕਦੇ ਆ ਹਾਂਜੀ ਇਹ ਤਾਂ ਹੀ ਆ ਜੀ ਲਈ ਵਿੱਚ ਹੀ ਨਾਲ ਕਰੀ ਜਾਂਦੀ ਨਾਲ ਲੋਡ ਕਰੀ ਜਾਂਦੇ ਰੋ ਅੱਲਾ ਖੈਰ ਕਰੇ ਰੋਟੀ ਚੱਲਦੀ ਆ ਨਾ ਅੱਲਾ ਦਾ ਕਰਮ ਆ ਜੀ ਅੱਲਾ ਦਾ ਰੱਬ ਰੋਜ਼ੀ ਦੇਣ ਦੇ ਆ ਨਾ ਜੀ ਹਾਂਜੀ ਅੱਲਾ ਦਾ ਕਰਮ ਆ ਜੀ ਸ਼ੁਕਰ ਹੈ ਇਹ ਕਿੰਨੇ ਵਜੇ ਖੋਲਦੇ ਸਵੇਰੇ ਭਲਾ ਦੁਕਾਨ ਹੇ ਭਾਜੀ ਸਵੇਰੇ ਮੈਂ ਜਾਣਾ ਹੁੰਦਾ ਮੰਡੀ ਪਹਿਲੇ ਅੱਛਾ ਜੀ ਮੰਡੀੋਂ ਮ ਆਇਆ ਨਾ ਕੋਈ 8:30 9 ਵਜੇ ਮੰਡੀ ਕੀ ਲੈਣ ਜਾਂਦੇ ਜੀ ਮੰਡੀ ਆ ਭਾਜੀ ਜਾਂਦੇ ਆ ਨਾ ਜੀ ਨਾਲ ਚੱਲ ਜਾਂਦਾ ਜੀ ਉੱਥੇ ਵੀ ਚਲੋ ਜਿਹੜੀ ਕੋ ਰੋਜ਼ੀ ਰੋਟੀ ਬੰਦੀ ਆ ਉਹ ਵੀ ਕਰਕੇ ਅੱਛਾ ਤੇ ਅੱਬਾ ਜੀ ਮੁੜ ਕੇ ਘਰ ਆ ਜਾਂਦੇ ਮੈਂ ਦੁਕਾਨਾ ਖੋਲ ਲੈਣਾ ਅੱਛਾ 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 ਹਾਂ 9:00 ਵੇ ਖੋਲ ਲਈਦੀ 9:00 10 ਤੇ ਆਪਣੇ ਕੋਲ ਆ ਬੈਲੈਂਸ ਬੂਲੈਂਸ ਵੀ ਹੁੰਦਾ ਹਾਂ ਜੀ ਆ ਬੈਲੈਂਸ ਆ ਹੁਣ ਵੀ ਇਹੀ ਕੰਮ ਹੋਣਦੇ ਅਸੀਂ ਅੱਛਾ ਅੱਛਾ ਹਾਂ ਬੈਲੈਂਸ ਖਰੀਦਾ ਨਾਲ ਕੀ ਸਿੰਗਾ ਕੁ ਸਿੰਗਾ ਚਾਰਜਰ ਅੱਛਾ ਹਾਂ ਲਈ ਵੇਚ ਵੀ ਕਰੀ ਇਜਬਾਰ ਹਾਂਜੀ ਜਿੱਲੇ ਬੰਦਾ ਕਿਤੇ ਜਾਵੇ ਫਸ ਹਾਂਜੀ ਤੇ ਕਿਸੇ ਆਪਣੇ ਨੂੰ ਆਵਾਜ਼ ਮਾਰਦਾ ਨਾ ਜੀ ਆਹੋ ਜੀ ਆਪਣੇੇ ਸੇਵਾਸੇ ਹੁੰਦੇ ਆ ਜੀ ਠੀਕ ਆ ਨਾ ਜੀ ਹਾਂਜੀ ਪਰਸੋਂ ਚੌਥ ਦੀ ਹਾਂਜੀ ਇੱਕ ਗੱਲ ਫਸੀ ਰਾਤ ਨੂੰ 2:00 ਵਜੇ ਮੇਰੇ ਦਿਮਾਗ ਦੇ ਵਿੱਚ ਅੱਛਾ ਭਾਜੀ ਮੈਂ ਕਹਿਆ ਯਾਰ ਗੱਲ ਬੜੀ ਸ਼ਰਮਿੰਦੀ ਵਾਲੀ ਆ ਅੱਛਾ ਤੇ ਕਿਸੇ ਐਦਾਂ ਦੇ ਬੰਦੇ ਨੂੰ ਆਪਾਂ ਕਾਲ ਕਰੀਏ ਕਿ ਜਿਹੜਾ ਬੰਦਾ ਨਾ ਗੱਲ ਅੱਗੇ ਵੀ ਨਾ ਕਰੇ ਅੱਛਾ ਜੀ ਤੇ ਇੱਜ਼ਤ ਵੀ ਰਹਿ ਜਵੇ ਭਾਜੀ ਵੀ ਕਈ ਹੁੰਦੀਆਂ 100 ਗੱਲਾਂ ਜਿਹੜੀਆਂ ਆਪਣਿਆਂ ਨਾਲ ਕਰਨ ਵਾਲੀ ਹੁੰਦੀਆਂ ਤੇ ਮਸਲਾ ਵੀ ਹੱਲ ਹੋ ਜਾਏ ਭਾਜੀ ਭਾਜੀ ਮੈਂ ਕੀ ਹੁਕਮ ਕਰوں ਭਾਜੀ ਮੈਂ ਕੀ ਕਰ ਸਕਦਾ ਮੈਂ ਕੋਈ ਕੋਲ ਤਾਂ ਨਹੀਂ ਹੈਗਾ ਜੀ ਨਹੀਂ ਕੋਈ ਇਹ ਭਲਾ ਅਜਿਲੇ ਫੋਨ ਦੇ ਵਿੱਚ ਬੈਲੈਂਸ ਨਹੀਂ ਹੁੰਦਾ ਹਾਂਜੀ ਪੈਸੇ ਨਹੀਂ ਹੁੰਦੇ ਹਾਂਜੀ ਜੀ ਇਹ ਗੱਲ ਆਪਸ ਤੱਕ ਰੱਖਣੀ ਹੈ ਭਾਜੀ ਗੱਲ ਕਰੋ ਜੇ ਤੁਸੀਂ ਆਪਣਾ ਸਮੇਂ ਕੇ ਘਰ ਹੀ ਲਿਆ ਫੋਨ ਤੇ ਫਿਰ ਅਸੀਂ ਆਪਣਾ ਹੀ ਹੈ ਜੀ ਤੁਹਾਡੇ ਇਹ ਭਲਾ ਜਿਹੜੀ ਅੱਗੋ ਕੁੜੀ ਬੋਲਦੀ ਹੈ ਕਿਤੇ ਜੀ ਅਜਿਲੇ ਕੋਈ ਗੱਲ ਹੁੰਦੀ ਹੈ ਫੋਨ ਦੇ ਵਿੱਚ ਹਾਂਜੀ ਇਹ ਜਿਹੜੀ ਅੱਗੋ ਕੁੜੀ ਬੋਲਦੀ ਆ ਹਾਂਜੀ ਇਹ ਕੌਣ ਬੁਲਾ? ਭਾਜੀ ਇਹ ਤੁਸੀਂ ਜਿੱਥੇ ਕਿਤੇ ਨੰਬਰ ਬੁਲਾਉਂਦੇ ਆ ਉਹਨਾਂ ਦੇ ਹੀ ਹੋਣੀ ਆ ਕੁੜੀ ਵੀ ਹੁਣ ਮੈਂ ਕੀ ਕਹਿ ਸਕਦਾ ਜੀ? ਨਹੀਂ ਦੇਖੋ ਮੈਂ ਵੀ ਗੱਲ ਨਹੀਂ ਕਰਦਾ ਕਿਸੇ ਨਾਲ ਜਿੱਦਾਂ ਤੁਸੀਂ ਮੇਰੀ ਨਹੀਂ ਕਰਨੀ ਭਾਜੀ ਨਹੀਂ ਕਰਦਾ ਕਿਸੇ ਨਾਲ ਗੱਲ ਲੇਕਿਨ ਮੈਂ ਕਹਿੰਦਾ ਵੀ ਜਿੱਥੇ ਤੁਸੀਂ ਕਿਤੇ ਨੰਬਰ ਬੁਲਾਉਂਦੇ ਹੋ ਨਾ ਹਾਂ ਉਹ ਕੋ ਕੁੜੀ ਚੁੱਕਦੀ ਹੋਣੀ ਫੋਨ ਉਹਦੀ ਗੱਲ ਕਰਦੇ ਹੋ ਨਹੀਂ 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 ਭਾਜੀ ਆ ਜਿਹੜੀ ਕੁੜੀ ਜਿੱਲੇ ਪੈਸੇ ਪੂਸੇ ਨਹੀਂ ਹੁੰਦੇ ਫੋਨ ਦੇ ਵਿੱਚ ਅੱਛਾ 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 ਆ ਜਿਹੜੀ ਕੁੜੀ ਜਿੱਲੇ ਕਹਿੰਦੀ ਆ ਕਿ ਬਈ ਪੁਆਓ ਆਪਣਾ ਬੈਲੈਂਸ ਆ ਕਹਿੰਦੀ ਆ ਨਾ ਉਹ ਭਾਜੀ ਭੋਲੇ ਤੁਸੀਂ ਭੋਲੇ ਬਾਦਸ਼ਾਹ ਹੋ ਉਹ ਭਾਜੀ ਉਹ ਕੰਪਿਊਟਰ ਦੇ ਵਿੱਚ ਬੋਲਦੀ ਹੁੰਦੀ ਆ ਹਾਂ ਉਹ ਜਦੋਂ ਤੁਹਾਡੇ ਪੈਸੇ ਨਹੀਂ ਨਾ ਹੁੰਦਾ ਭਾਜੀ ਇਹ ਕੌਣ ਆ ਪਤਾ ਭਾਜੀ ਉਹ ਕੁੜੀ ਆਸਲਾ ਉਦੀ ਆਵਾਜ਼ ਭਰੀ ਹੋਈ ਆ ਉਹਦੇ ਚ ਕੰਪਿਊਟਰ ਦੇ ਵਿੱਚ ਹਾਂ ਤੇ ਉਹ ਅੱਗੋਂ ਕੰਪਨੀ ਨਾ ਕਾ ਕੰਪਿਊਟਰ ਲਾਇਆ ਹੁੰਦਾ ਫਿਰ ਉਹ ਕਹਿੰਦੀ ਹੁੰਦੀ ਵੀ ਬੈਲੈਂਸ ਤੁਹਾਡਾ ਨਾ ਕਾਫੀ ਆ ਇਹਦੇ ਚ ਬੈਲੈਂਸ ਬਹੁਤ ਫਿਰ ਤੁਹਾਡੀ ਗੱਲ ਹੋਏਗੀ ਇਹ ਭਲਾ ਇਹ ਕੀ ਜੀ ਆਪਣੀ ਕੋਈ ਮਹੱਲੇ ਮੁੱਲੇ ਚ ਰਹਿੰਦੀ ਆ ਉਹ ਨਹੀਂ ਭਾਜੀ ਕਿਉਂ ਮਜ਼ਾਕ ਕਰਦੇ ਹੋ ਮੈਂ ਤੁਹਾਨੂੰ ਦੱਸਣਿਆ ਮੈਂ ਕੰਪਿਊਟਰ ਚ ਕੁੜੀ ਅਸਲ ਆ ਹਾਂ ਉਹਦੀ ਆਵਾਜ਼ ਇਹ ਤਾਂ ਚੱਲਦੀ ਆ ਉਹੀ ਸਾਰਿਆਂ ਨੂੰ ਤੁਹਾਡੇ ਨਾਲ ਨਹੀਂ ਸਾਰਿਆਂ ਕੇ ਇਹੀ ਬੋਲਦੀ ਹੁੰਦੀ ਜਦੋਂ ਬੈਲੈਂਸ ਨਹੀਂ ਹੁੰਦਾ ਭਰਾ ਲੱਗਦਾ الحمدللہ بھائی ਆਪਾਂ ਕਿਤੇ ਗਲਤ ਕਰਾਇਆ ਇਹ ਦੇਣਾ ਭਾਜੀ ਮੈਂ ਦਸੀ ਜਾਂਦਾ ਭਈ ਉਹ ਕੁੜੀ ਜਿਹੜੀ ਆ ਉਹ ਕੰਪਿਊਟਰ ਬੋਲਦਾ ਉਹਦੀ ਆਵਾਜ਼ ਰਿਕਾਰਡ ਉਹ ਸੱਚੀ ਮੁੱੱਚੀ ਤੁਹਾਡਾ ਗੱਲ ਨਹੀਂ ਕਰਦੀ ਹੁੰਦੀ ਉਹਦੀ ਆਵਾਜ਼ ਸੁਣਦੇ ਹੋ ਤੁਸੀਂ ਇਹ ਆਉਂਦੀ ਆ ਬਲ ਆਪਣੀ ਦੁਕਾਨ ਤੇ ਉਹ ਯਾਰ ਕੀ ਕਰਨ ਦੇ ਉਹ ਭਾਜੀ ਕਮਾਲ ਕਰੋ ਮੇਰੇ ਕੋ ਕਿਧਰ ਆ ਜਾਣਾ ਕਿ ਮੈਂ ਦਸੀ ਜਾਂਦਾ ਭਈ ਉਹ ਕੰਪਿਊਟਰ ਦੇ ਵਿੱਚ ਨਹੀਂ ਜੇ ਤੂੰ ਭਰਾ ਲੱਗਦਾ ਉਹ ਤੇ ਮੈਨੂੰ ਲੱਗਦਾ ਯਾਰ ਜੇ ਕਿਤੇ ਆਵੇ ਉਧਰੋਂ ਤੂੰ ਕੜਕਾਵੇਂ ਸਾਨੂੰ ਫੋਨ ਉਧਰੋਂ ਮੈਂ ਆਵਾਂ ਤੇ ਰਲ ਕੇ ਪੀਏ ਉਥੇ ਚਾਹ ਤੇ ਨਾਲ ਖਾਈਏ ਪਾਈਆ ਜਲੇਬੀਆਂ ਉਹ ਪੈਸੇ ਮੈਂ ਦਊਗਾ ਉਹ ਦੀ ਸੇਵਾ ਆਪਾਂ ਕਰਨੀ ਹੈ ਉਹ ਠਹਿਰ ਜਾਓ ਭਾਜੀ ਤੁਸੀਂ ਤਾਂ ਪ੍ਰੋਗਰਾਮ ਹੀ ਪੂਰਾ ਫਿੱਟ ਕਰ ਲਿਆ ਕੁੜੀ ਕੰਪਿਊਟਰ ਦੇ ਵਿੱਚ ਆ ਬਈ ਅਸੀਂ ਇੱਥੇ ਚਾਹ ਰੱਖ ਕੇ ਬਿਠੇ ਰਹੀਏ ਉਹਨੇ ਕਿਥੋਂ ਆਣਾ ਮਾ ਭਾਜੀ ਕੀ ਕਰਨ ਦੇਓ ਮੈਂ ਤੁਹਾਨੂੰ ਦੱਸੀ ਜਣਾ ਵੀ ਉਹ ਕੁੜੀ ਨਹੀਂ ਆ ਸਕਦੀ ਨਹੀਂ ਇਹ ਤਾਂ ਨੰਬਰ ਹੈਗਾ ਭਲਾ ਆਪਣੇ ਉਹ ਦਰ ਫਿਰ ਮੂੰਹ ਯਾਰ ਮੈਂ ਬਕਵਾਸ ਕਰੀ ਜਣਾ ਯਾਰ ਮੇਰੀ ਗੱਲ ਨਹੀਂ ਭਾਜੀ ਤੁਹਾਨੂੰ ਸਮਝ ਨਾਲੇ ਕਹੀ ਜਾਂਦੇ ਗੱਲ ਹੀ ਕਿਸੇ ਨਾਲ ਕਰਨੀ ਦੇਖ ਤੂੰ ਭਰਾ ਲੱਗਦਾ ਉਹ ਭਰਾ ਮੈਂ ਲੱਗਦਾ ਤੈਨੂੰ ਨਹੀਂ ਲੱਗਦਾ ਵੀ ਭਰਾ ਸੱਚ ਬੋਲਦਾ ਇਹ ਨਕਸ਼ਰੇਣ ਕਿਦਾਂ ਦੇ ਭਲਾ ਉਹ ਭਾਈ ਮੈਨੂੰ ਤੂੰ ਆਪਣਾ ਨਕਸ਼ਾ ਘੱਲ ਲੈ ਮੈਨੂੰ ਤੇਰਾ ਨਕਸ਼ਾ ਵਿਗੜਿਆ ਲੱਗਦਾ ਮੈਨੂੰ ਲੱਗਦਾ ਤੇਰਾ ਨਕਸ਼ੇ ਦੇ ਉੱਤੇ ਛੋਟੀ ਮਾਰਨ ਵਾਲੀ ਹੋਈ ਹੈ ਹਾਏ ਹਾਏ ਕੀ ਹੋਇਆ ਇਹ ਜਿੱਲੇ ਬੋਲਦੀ ਆ ਨਾ ਕੋਣ ਤੂੰ ਭਰਾ ਲੱਗਦਾ ਉਹ ਮੈਂ ਭਰਾ ਲੱਗਦਾ ਮੈਂ ਮੈਂ ਯਾਰ ਜਾਣਦੇ ਹੋ ਤੇਰੇ ਸਾਰੇ ਕਲੇਜੇ ਨੂੰ ਐਦਾਂ ਹੱਥ ਪਾਉਂਦੀ ਆ ਉਹ ਭਾਜੀ ਮੈਂ ਜਿੱਦਾਂ ਤੇਰੇ ਘਰੇ ਬਾਹਰ ਹੱਥ ਪਾਉਣਾ ਲੱ ਨੂੰ ਇਹਦਾ ਦਿਮਾਗ ਤਰੂ ਖਰਾਬਣਾ ਯਾਰ ਮੈਂ ਕਹੀ ਜਾਂਦਾ ਕੰਪਿਊਟਰ ਬੋਲਦਾ ਹਾਏ 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 ਕੀ ਹੋਇਆ ਇਹਦਾ ਨੰਬਰ ਹੈਗਾ ਕੋਲ ਹੈਗਾ ਯਾਰ ਕਿਤੇ ਦੇਵੇਂ ਨਾ ਤੂੰ ਭਰਾ ਲੱਗਦਾ 11 ਨੰਬਰ ਜੁੱਤੀ ਪਾਉਂਦੀ ਆ ਤੇ ਬਹੁਤ ਭੈੜੀ ਪੈਣੀ ਆ ਮੈਂ ਕਹੀ ਜਾਂਦਾ ਭਾਈ ਮੇਰੇ ਆ ਨਾਲੇ ਤੂੰ ਮੈਨੂੰ ਜੇ ਭਰਾ ਕਹਿਣਾ ਤਾਂ ਭਰਾ ਦੀ ਮੰਨ ਲਾ ਮੇਰਾ ਕੰਮ ਆ ਦੋ ਸੂਟ ਲੈ ਕੇ ਦੇਣੇ ਆਪਾਂ ਇਹਨੂੰ ਫਲਾ ਲੈਣ ਦੇ ਉਹ ਵੜ ਗਿਆ ਵੀ ਦੋ ਸੂਟ ਦੇ ਹੱਤਰ ਇੱਕ ਲੈ ਕੇ ਦੇਣਾ ਤੈਨੂੰ ਓਏ ਤੂੰ ਮੈਂ ਮੈਨੂੰ ਇਹ ਦੱਸ ਤੂੰ ਮੈਨੂੰ ਕੋ ਚੋਲਾ ਸਮਝ ਲਿਆ ਮੈਂ ਤੈਨੂੰ ਕਹੀ ਜਾਂਦਾ ਵੀ ਉਹ ਕੰਪਿਊਟਰ ਵਾਲਿਆਂ ਦੀ ਕੰਪਿਊਟਰ ਦੀ ਧੀ ਆ ਕੰਪਿਊਟਰ ਨੇ ਜੰਮੀ ਆ ਹੁਣ ਚੰਗਾ ਰਿਆ ਭਲਾ ਕਿੰਨੀ ਕੁ ਉਮਰ ਆ ਇਹਦੀ ਓਏ ਉਹਦੀ ਉਮਰ ਦਾ ਤਾਂ ਪਤਾ ਕੋਈ ਨਹੀਂ ਤੂੰ ਜਿੰਨੀ ਜੀ ਲਈ ਨਾ ਉਹਦੇ ਤੇ ਲੱਖ ਦੀ ਲੜਦਾ ਬਈ ਓਏ ਬਕਵਾਸ ਕਰੀ ਜਾਂਦਾ ਮੈਂ ਮੈਂ ਕਿਹਾ ਯਾਰ ਭਾਈ ਉਹਦਾ ਮੈਨੂੰ ਕੰਪਿਊਟਰ ਜੇ ਬੋਲਦੀ ਆ ਉਹ ਤੈਨੂੰ ਕਿਉਂ ਨਹੀਂ ਸਮਝਿਆ ਯਾਰ ਭਾਈ ਜੇ ਉਹਨੂੰ ਤੂੰ ਕਮੇ ਕਿ ਉਹ ਮੈਨੂੰ ਕਰੇ ਫੋਨ ਤੇ ਮੈਂ ਪਿੰਡੋਂ ਐਨੇ ਸਾਰੇ ਗੰਨੇ ਤੇ ਇੰਨਾ ਵੱਡਾ ਸਾਗ ਪੱਕਿਆ ਆ ਤੇ ਇੰਜ ਮਦਨਾ-ਮਦਨਾ ਪਾ ਕੇ ਰਗੜ ਕੇ ਆਲਣ ਪਾ ਕੇ ਤੇ ਨਾਲ ਐਨਾ ਵਾਲਾ ਮੱਖਣ ਦੇਵਾ ਤੇ ਜੇ ਆਵੇ ਮੇਰੇ ਪਿੰਡ ਓਏ ਭਾਈ ਤੂੰ ਪਿੰਡੋਂ ਨਾਲ ਸਾਗ ਨਾ ਮਗਾ ਹਾਂ ਉਹ ਪਿੰਡੋਂ ਤੂੰ ਨਾ ਕੋਈ ਪੰਜ ਸੱਤ ਅਵਾਰਾ ਕੁੱਤੇ ਮਗਾ ਜਿਹੜੇ ਤੈਨੂੰ ਪਹਿਣ ਤੇ ਤੈਨੂੰ ਤੈਨੂੰ ਸਮਝ ਆਵੇ ਬਕਵਾਸ ਕੀ ਕਰਨਿਆ ਮੈਂ ਤੈਨੂੰ ਅੱਗੋਂ ਹਾਏ ਜ਼ਿਲ੍ਹੇ ਆਵੇ ਮੇਰੇ ਪਿੰਡ ਤੇ ਮੈਂ ਡਸ 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 ਕਰਾਂ ਸਤਕਬਾਲ ਓਏ ਓ ਖਿਆਲੀ ਚਾਚੂ ਓਏ ਉਹ ਵੱਡੇ ਆਸ਼ਿਕਾ ਉਹ ਗੱਲ ਸੁਣ ਲੈ ਓਏ ਉਹ ਕਿਸੇ ਕੰਜਰ ਦੀ ਵੀ ਸੁਣ ਲੈ ਕਿ ਉਹ ਕੀ ਭੋਗੀ ਜਾਂਦਾ ਦੇਖ ਤੂੰ ਲੱਗਦਾ ਭਰਾ ਓ ਮੈਂ ਤੇਰਾ ਬਿੜਾ ਮੂ ਮੈਂ ਵੀ ਤੇਰਾ ਪਰ ਮੈਂ ਤਾਂ ਭਰਾ ਲੱਗ ਕੇ ਫਸ ਗਿਆ ਤੇਰਾ ਨਹੀਂ ਸਾਵळा ਕਿ ਰੰਗ ਚਿੱਟਾ ਆ ਕੀ ਦਾ ਬਈ ਇਹ ਜਿਹੜੀ ਬੋਲਦੀ ਐ ਆਪਣੇ ਮੋਬਾਈਲ ਦੇ ਵਿੱਚ ਉਹਦੇ ਤੇ ਮੈਨੂੰ ਰੰਗ ਦਾ ਪਤਾ ਕੋਈ ਨਹੀਂ ਉਹ ਕੌਂਪੜੀਆਂ ਨਾਲੋਂ ਪਤਾ ਲੱਗ ਗਿਆ ਨਾ ਉਹ ਜੋ ਤੇਰੇ ਬੂਏ ਤੇ ਪਹੁੰਚੜੇ ਤੇਰੇ ਰੰਗ ਉੱਡ ਜਾਣੇ ਆ ਤੂੰ ਉਹਦੇ ਰੰਗ ਭੁੱਲ ਜਾਣੇ ਆ ਆ ਤੂੰ ਜਿਹੜੇ ਰੰਗ ਚ ਮੈਨੂੰ ਰਗੜਦੇ ਆਲਾ ਮੈਨੂੰ ਤੂੰ ਟੱਕਰ ਗਿਆ ਮੈਂ ਤੈਨੂੰ ਲਾਲੋ ਲਾਰ ਰੰਗ ਦੇਣਾ ਹੀ ਲੈ ਜੇ ਤੂੰ ਉਹਨੂੰ ਕਵੇਂ ਨਾ ਕਿ ਮੈਨੂੰ ਕਰੇ ਫੋਨ ਤੇ ਰੁਪਈਆ 500 ਤਰਾ ਹੋ ਗਿਆ ਮੈਂ ਤੈਨੂੰ ਕਿਉਂ ਕਵਾਂ ਕਿ ਤੈਨੂੰ ਫੋਨ ਕਰਾਂ ਮੈਂ ਤੇਰਾ ਟਰਾਂਸਲੇਟਰ ਆ ਮਮਾ ਮੈਨੂੰ ਧੱਕੇ ਨਾਲ ਉਧਰ ਕੱਲੀ ਛੇਤਰ ਪਵਾ ਮੈਨੂੰ ਉ ਜਾ ਕੇ ਕੌਂਪੜੀ ਵਾਲਾ ਬੋਲਦੀ ਆ ਤੇ ਐਦਾਂ ਲੱਗਦਾ ਕਿ ਕੋਇਲ ਕੁਕਣ ਢਈ ਐ ਓਏ ਓਏ ਰੱਬ ਦੀ ਕਸਮੇ ਮੈਨੂੰ ਕਦੇ ਲੱਭ ਗਈ ਮੈਂ ਉਹਨੂੰ ਕਹਿੰਦਾ ਕਾਕੀ ਅਗਲੇ 2 ਮਹੀਨੇ ਲੋਕਾਂ ਨੂੰ ਨਾ ਗੂੰਗੇ ਹੋ ਕੇ ਮੈਸੇਜ ਕਰ ਤੇਰੀ ਆਵਾਜ਼ ਦੀ ਵਜ੍ਹਾ ਤੋਂ ਮੁੰਡਾ ਸਾਡਾ ਪਾਗਲ ਹੋ ਗਿਆ ਹਾਏ ਦੇਖ ਤੂੰ ਭਰਾ ਲੱਗਦਾ 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 ਉਹ ਲੱਗਦਾ ਮੈਂ ਤੇਰਾ ਭਰਾ ਉਹ ਕਿਸੇ ਨੂੰ ਨਾ ਦਸੀ ਮੈਂ ਤੇਰਾ ਭਰਾ ਲੱਗਦਾ ਉਹ ਕੋ ਕੰਜਰਾ ਕਰੇ ਸਾਹਮਣੇ ਆ ਕੇ ਵੇਫਾ ਤੇਰਾ ਭਰਾ ਲੱਗਦਾ ਇਹ ਹੁਣ ਕਦੋਂ ਨੰਬਰ ਦੇਣਾ ਭਲਾ ਮੈਨੂੰ ਮੈਂ ਤੈਨੂੰ ਨੰਬਰ ਦੇਣਾ ਨੰਬਰ ਮੈਂ ਨਹੀਂ ਦੇਣਾ ਮੈਂ ਕਹਿ ਦਿਆਂਗਾ ਨੰਬਰ ਤੇ ਨੰਬਰ ਦੇਣਾ ਤੈਨੂੰ ਜੇਲਾ ਲੈਣੇ 302 ਦਾ ਤੇ ਛੜ ਦੇ ਉੱਤੇ ਲਿਖਿਆ ਹੋਊਗਾ 302 ਆ ਨੰਬਰ ਹੀ ਉਹਦਾ ਲੈ ਲੈਲਾ ਤੂੰ ਲੈ ਲੈ ਮੇਰੀ ਗੱਲ ਤੇ ਯਕੀਨ ਕਰ ਲੈ ਤੂੰ ਮੇਰਾ ਭਰਾ ਲੱਗਦਾ ਵੇਖ ਤੂੰ ਮੇਰਾ ਭਰਾ ਲੱਗਦਾ ਹਾਏ ਹਾਏ ਮੈਂ ਲੱਗਿਆ ਭਰਾ ਓ ਮੈਂ ਭਰਾ ਲੱਗਦਾ ਲੋਕੋ ਇਹਦਾ ਉਹ ਲੋਕੋ ਮਾੜਾ ਪ੍ਰਾ ਲੱਗਦਾ ਸ ਕੰਜਰ ਦਾ ਜਿਹਨੂੰ ਸਮਝ ਨਹੀਂ ਆਉਂਦੀ। ਅੱਛਾ ਹੁਣ ਤੂੰ ਕੀ ਕਹਿਣ ਡਿਆ ਕੱਲ ਨੂੰ 10 ਵਜੇ ਉਹ ਦੁਕਾਨ ਤੇ ਤੇਰੀ? ਉਹ ਇਹ ਕਿਸ ਕੰਜਰ ਨੇ ਕਿਹਾ ਓਏ? ਕਿਨੇ ਕਿਹਾ? ਮੈਂ ਮੇਰੀ ਦੁਕਾਨ ਤੇ ਕੀ ਗੱਲ ਆ? ਕਿਉਂ ਆਏ ਕਿ ਮੈਂ ਮੇਰੀ ਜੁੱਤੀ ਵਾਲੀ ਦੁਕਾਨ ਆ। ਚਲੋ ਤੇਰੇ ਵਾਸਤੇ ਪੱ ਦੋ ਸੂਟ ਲੈ ਆਵਾਂਗੇ। ਆਹੋ ਦੋ ਸੂਟ ਇਹਨੇ ਇਹਨੇ ਸੂਟ ਮੇਰਾ ਇੱਕੋ ਲੈ। ਕਿਉਂ? ਚੁੱਟੇ ਰੰਗ ਦਾ ਲੈ ਆਈ ਉਹਨੂੰ ਜੇਵਾ ਚੂਪਾਣਾ ਲਵਾਈ ਨਾ ਸਲਾਈ ਕਰਾਈ। ਇੱਕ ਮਸੱਲਾ ਲੈ ਆਈ ਨਾਲ। ਕਿਉਂ? ਕਿਉਂਕਿ ਮੈਂ ਮੈਨੂੰ ਤਾਂ ਮਾਰ ਕੇ ਕਬਰਾਂ 'ਚ ਪਾਣਾ। ਯੋਗ ਮੈਂ ਤੇਰਾ ਭਰਾ ਲੱਗਦਾ ਸਾਲਿਆ ਭਰਾ ਲੱਗਦਾ ਯਾ ਤੈਨੂੰ ਸਮਝ ਨਹੀਂ ਆਉਂਦੀ ਉਹ ਨਹੀਂ ਗੱਲ ਕਰਦੀ ਕਿਸੇ ਨਾਲ ਉਹ ਆਪਣੀ ਸਰਾਉਂਦੀ ਆ ਉਹ ਵੀ ਇਹ ਉਹ ਵੀ ਮੇਰੇ ਮੈਂ ਉਹਨੂੰ ਕੀ ਕਵਾ ਹੋਏ ਐਡੀ ਚਵਲਾ ਉਹ ਇੱਕੋ ਕੱਖ ਨਹੀਂ ਕਦੀ ਚੱਲ ਹੁਣ ਫੇ ਜੇ ਤੂੰ 12 ਵਜੇ ਦਾ ਕਹਿਣਾ ਨਾ ਤੇ ਆਪਾਂ 12 ਵਜੇ ਆ ਜਾਵਾਂਗੇ 12 ਵਜੇ ਤੇ ਕਿਹੜੀ ਗੱਲ ਆ ਆਪਾਂ 2 ਘੰਟੇ ਚਾਹ ਲੈ ਕੋਕੇ ਤੇ ਬਹਿ ਕੇ ਚਾਹ ਪੀਵਾਂਗੇ ਉਧਰੋਂ ਤੂੰ ਮੈਨੂੰ ਫੋਨ ਕਰੀ ਕਿ ਆ ਗਈ ਜੇ ਤਾਂ ਉਧਰੋਂ ਆਪਾਂ ਖੜਕ ਪੈਣਾ ਸਾਗ ਦੇ ਨਾਲ ਤਾਂ ਗੰਨੇਆਂ ਦੇ ਨਾਲ ਕਿੱਥੇ ਬਹਿ ਕੇ ਫੋਨ ਕਰਨਿਆ ਭਾਈ ਮੈਂ ਡੇਰੇ ਤੇ ਬੈਠਾ ਆ ਡੇਰਾ ਤੇਰੇ ਥੱਲੇ ਨਾ ਇਹ ਤੇਰੇ ਉੱਤੇ ਡੇਗ ਬਣਾ ਝੂਠ ਬੋਲਣਿਆ ਤੈਨੂੰ ਟਾਈਮ ਕਿਨੇ ਦਿੱਤਾ ਓਏ ਆ ਤੂੰ ਹੁਣੇ ਕਿਹਾ ਕਿ 10 ਵਜੇ ਨਹੀਂ ਤੇ 12 ਵਜੇ ਆਈ ਓਹ ਸਾਲਿਆ ਮੈਨੂੰ ਪੁੱਛੀ ਜਾਣਾ ਮੈਂ ਚਾਟ ਵਾਲਾ ਕਾਲੇ ਦੇ ਬਾਹਰ ਚਾਟ ਲਈ ਮੈਂ ਕਮਾ ਕਬ ਇਥੋਂ ਲੰਘਦੀ ਆ ਹਾਏ ਕਿਤੇ ਬੋਲਦੀ ਆ ਤੂੰ ਭਰਾ ਲੱਗਦਾ ਇਹ ਤਾਂ ਮੈਂ ਮੰਨਦਾ ਇਹ ਤਾਂ ਮੈਂ ਮੰਨਦਾ ਇਹ ਤਾਂ ਮੈਂ ਮੰਨਦਾ ਕਿਤੇ ਬੋਲਦੀ ਆ ਹਾਂ ਹਾਂ ਤੇ ਹੁਣ ਜਦੋਂ ਉਹਨੇ ਬਾਹਰ ਆ ਕੇ ਬੋਲਣਾ ਨਾ ਤੁਹਾਡੇ ਬੂਏ ਤੇ ਤੂੰ ਲੋਕਾਂ ਨੂੰ ਕਹਣਾ ਲੈ ਬਈ ਕਿਤੇ ਬੋਲਦੀ ਆ ਅਗਲੇ ਚੌਕ 'ਚ ਹੁੰਦੀ ਆ ਤੇ ਮੇਰੀ ਵਜ੍ਹਾ ਤੋਂ ਚੁੱਪ ਕਰ ਜੂਗੀ ਕਿਉਂ ਭਲਾ ਕਿਉਂਕਿ ਮੈਂ ਸਾਲਿਆ ਤੇਰਾ ਭਰਾ ਲੱਗਦਾ ਦੇਖ ਤੂੰ ਭਰਾ ਲੱਗਦਾ ਆ ਲੈ ਆ ਲੈ ਓਏ ਮੈਨੂੰ ਪਤਾ ਕਰਾ ਲੈਂਦੇ ਮੈਂ ਕਿਤੇ ਸੱਚੀ-ਮੁੱਚੀ ਹਕੀਕੀ ਭਰਾਤ ਨਹੀਂ ਲੱਗਦਾ ਐਨੀ ਵਾਰੀ ਕਹੀ ਜਾਂਦਾ ਤੂੰ ਯਾਰ ਚੰਗਾ ਫੇ ਕੱਲ ਨੂੰ 2 ਵਜੇ ਹੁੰਨਾ ਵੇ 2 2 ਵਜੇ ਆ ਜਾ 2 ਵਜੇ ਆ ਜਾ ਹਾਂ ਤੇ ਗੰਨੇ ਤੂੰ ਵੀ ਝੂਪਨੇ ਆ ਲੈ ਜੇ ਤੂੰ ਪੇਹ ਲਾਣਾ ਤੂੰ 2 ਵਜੇ ਆ ਤਾਂ ਮੈਂ ਕੰਪਿਊਟਰ ਜੇ ਕੱਢ ਕੇ ਉਹਦੇ ਉਹਦੇ ਖਾਨਦਾਨਾਂ ਦਾ ਪਤਾ ਕਰਦਾ ਕਿਹੜਾ ਮੈਂ ਸੱਚੀ ਮੁੱੱਚੀ ਨਾਣਾ ਤੇ ਦਾਦੇ ਚਾਚੇ ਬੁਲਾਏ ਤੇ ਤੇਰੀ ਤਾਂ ਤੈਨੂੰ ਲੱਗ ਜੂ ਪਤਾ ਕਿਤੇ ਬੋਲਦੀ ਆ ਕਿਤੇ ਬੋਲਦੀ ਆ ਕਿਤੇ ਬੋਲਦੀ ਤੇਰਾ ਨਹੀਂ ਬੋਲੀ ਜਾਂਦੀ ਸਾਲਿਆ ਬਾਕੀ ਲੋਕਾਂ ਨਾਲ ਵੀ ਬੋਲਦੀ ਆ ਇਹੋ ਜੀ ਜਨਾਨੀ ਦੇ ਪਿੱਛੇ ਗੈਰਾਈਦਾ ਹੁੰਦਾ ਜਿਹਦੀ ਸਾਰਿਆਂ ਨਾਲ ਬੋਲੀ ਜਾਂਦੀ ਆਏ ਹਾਏ 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 ਮੈਨੂੰ ਕਹਿੰਦੀ ਨਾਟ ਰਿਸਪੌਂਡਿੰਗ ਅਤੇ ਦਾ ਕੀ ਮਤਲਬ ਹੋਵਤਾ ਇਹਦਾ ਮਤਲਬ ਮੈਨੂੰ ਕਹਿੰਦੀ ਨਾਟ ਰਿਸਪੌਂਡਿੰਗ ਤੇ ਮਤਲਬ ਮੈਂ ਇੱਕ ਪੁੱਛਿਆ ਮੁੰਡੇ ਕੋ ਮੈਂ ਕਿਹਾ ਕੀ ਮਤਲਬ ਉਹ ਕਹਿੰਦਾ ਜੀ ਤੂੰ ਮੈਨੂੰ ਬਹੁਤ ਸੋਹਣਾ ਲੱਗਦਾ ਉਹ ਦਰ ਫੜੇ ਮੂ ਓਏ ਓ ਤੂੰ ਸ਼ਾ ਓ ਕੂੜਾ ਓ ਨਾਟ ਰਿਸਪੌਂਡਿੰਗ ਦਾ ਮਤਲਬ ਹੁੰਦਾ ਜਵਾਬ ਨਹੀਂ ਆ ਰਿਹਾ ਜਵਾਬ ਬੜੇ ਦਿੰਦੀ ਆਏ ਹਾਏ 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 ਮੈਂ ਤੇਰਾ ਭਰਾ ਲੱਗਦਾ ਨਾ ਲੈ ਇੱਕ ਭਰਾ ਨੇ ਜਵਾਬ ਦੇ ਦਿੱਤਾ ਹੁਣ ਨਾ ਸਾਡੇ ਆ ਲਾਇਓ ਚਲੋ ਕਫਾ ਹੋ ਜਾ ਅੱਜ ਡੇਢ ਮਹੀਨਾ ਹੋ ਗਿਆ ਬੈਲੈਂਸ ਹੀ ਨਹੀਂ ਪਾਇਆ ਰਾਤ ਦਿਨ ਗੱਲਾਂ ਕਰੀ ਉਹਦਾ ਕੋ ਬੋਲੀ ਜਾਂਦੀ ਆ ਬੋਲੀ ਜਾਂਦੀ ਓਏ ਥੱਥਿਆ ਓਏ ਅਕਲ ਦੇ ਥੱਥਿਆ ਉਹ ਹੋਛਿਆ ਉਹ ਜਿਹੜੀ ਇੱਕੋ ਹੀ ਗੱਲ ਕਹੀ ਜਾਂਦੀ ਆ ਇੱਥੋਂ ਸਮਝ ਲਾ ਉਹਨੂੰ ਦੂਜੀ ਗੱਲ ਨਹੀਂ ਕਰਨੀ ਹੁੰਦੀ ਉਹ ਕੰਪਿਊਟਰ ਆ ਕੰਪਿਊਟਰ ਆ ਕੱਦ ਕਿੱਡਾ ਕਾ ਪਹਿਲਾ ਕੱਦ ਕੱਦ ਜਿੱਡਾ ਵੀ ਹੋਵੇ ਨਾ ਓਡੀ ਕੱਦ ਕਬਰ ਕਢਾ ਦੇਵਾਂਗਾ ਤੇਰੀ ਟੈਨਸ਼ਨ ਨਾ ਲੈ ਤੂੰ ਤੇਰਾ ਜਿੱਡਾ ਵੀ ਕੱਦ ਹੋਇਆ ਲੈ ਫੇ ਆਪਾਂ ਆਏ ਕੱਲ ਨੂੰ ਕਿੱਥੇ ਭਰਾ ਲੱਗਦਾ ਤੂੰ ਮੈਂ ਤੇਰਾ ਭਰਾ ਲੱਗਦਾ ਨਾ ਆ ਵੇਖੀ ਇੱਕ ਭਰਾ ਭਰਾ ਦੇ ਨਾਲ ਕੀ ਕਰਨ ਲੱਗਾ ਇਹ ਆ ਮੈਂ ਤੇਰੀ ਕਾਲ ਕੱਟਣ ਲੱਗਾ ਹੀ ਓਏ ਕੋ ਚੂੜੇ ਆ ਲੈ ਆ ਇੱਕ ਭਰਾ ਭਰਾ ਨਾਲ ਨਾਰਾਜ਼ ਹੋ ਗਿਆ ਲੱਕ